ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਲਦੀ ਜਲਦੀ ਨੂੰ ਲਾਈਕ ਕਰਿਓ ਤੇ ਫਿਰ ਆਪਾਂ ਕਰਾਂਗੇ ਐਂਡ ਤੇ ਗੱਲਾਂ। जट्टा ਨਾਲੇ ਜਦੋਂ ਕੱਲ ਨੂੰ ਹੁਣ ਚਾਰ ਦਿਹਾੜੀ ਆਉਣਗੇ ਸਪਰੇਅ ਕਰਨ ਉਹਨਾਂ ਨੂੰ ਕਿੱਥੋਂ ਦੇਂਗੀ ਚਾਹ ਕਰਕੇ ਉਹ ਕਿਲੋ ਦੁੱਧ ਨਾਲ ਨਹੀਂ ਸਰਦਾ। ਮੇਰੀ ਗੱਲ ਸੁਣੋ ਜੀ, ਦੋ ਤਾਂ ਆਪਾਂ ਜੀ ਆ, 100 ਰੁਪਏ ਦਾ ਦੁੱਧ ਆਪਾਂ ਨੂੰ ਮੁੱਕਦਾ ਨਹੀਂ, ਮਹੀਨੇ ਦਾ 3000 ਦਾ ਦੁੱਧ ਹੋ ਗਿਆ ਆਪਣਾ, ਹੁਣ ਆ 1600 ਦੀ ਬੋਰੀ ਤਾਂ ਮੱਝਾਂ 6 ਦਿਨਾਂ 'ਚ ਖਾ ਜਾਂਦੀਆਂ, ਨਾਲੇ ਖਰਚਾ ਆਪਣਾ ਬਹੁਤ ਅੱਗੇ ਜਾ ਰਿਹਾ, ਨਾਲੇ ਜਿਹੜਾ ਗੋਹਾ ਕੂੜਾ ਕਰਦੀਆਂ ਮੈਂ ਕੱਖ ਲੈਂਦੀਆਂ ਲੱਗ, ਮੈਨੂੰ ਨਹੀਂ ਪਤਾ, ਬਸ ਮੱਝ ਵੇਚੋ ਤੁਸੀਂ। ਮੱਝ ਤਾਂ ਮੈਂ ਵੇਚ ਦੂੰ, ਮੈਂ ਗੁੱਤਨੀ ਮੰਨੂ ਜੇ ਤੂੰ ਬਾਅਦ ਚ ਦੁਬਾਰੇ ਕਿਹਾ ਮੈਨੂੰ ਮੱਝ ਲਿਆ। ਨਾ ਨਾ ਮੈਂ ਨਹੀਂ ਕਹਿੰਦੀ ਕੋਈ ਥੋੜੀ ਵੇਚ ਬੋਰੀ ਲਾ ਕੇ ਨਾ ਦਵਾਈਆਂ ਕਰਾ ਲਓ ਜਿੰਨੀਆਂ ਮਰਜ਼ੀ। ਮੈਂ ਕਿਹਾ ਜੀ ਸੁਣਦੇ ਹੋ, ਲਵਲੀ ਕੇ ਘਰੋਂ ਨਾ ਦੁੱਧ ਲਿਆਓ। ਮੈਂ ਨਹੀਂ ਜਾਂਦਾ ਡੋਲੂ ਚੱਕ ਕੇ, ਮੈਂ ਵੇਚੀਆਂ ਨੇ ਬਕਿਉਣ ਵੇ ਤਾਂ ਤੂੰ ਦੀ, ਮੈਂ ਨਹੀਂ ਜਾਂਦਾ ਲੋਕਾਂ ਦੇ। ਮੈਂ ਹੁਣ ਇੰਨੇ ਤੁੱਪੇ ਮੈਂ ਜਾਉਂਗੀ, ਲੇਕਿਨ ਜਾਇਓ 2 ਮਿੰਟ ਉਰੇ ਤਾਂ ਘਰ ਆ ਉਹਦਾ। ਮੈਥੋਂ ਨਹੀਂ ਜਾ ਜਾਂਦਾ ਉਹਦਾ ਪਵਾ ਲਿਆ, 24 ਘੰਟੇ ਤੱਪਿਆ ਹੀ ਰਹਿੰਦਾ ਹੈ। ਦੇਣ ਖਤਰ ਨਹੀਂ ਹੈਗਾ। चोली के ना हो आ तू ही जाना देख ला, आ देख ला तिप दिता है, घंटा हो गया बंदा घोल कर दे। जो भी है देवरा, दुध थोड़ा एक नंबर है। दुध तो फिर आई हाँ, दुध तो एक नंबर ही है। अच्छा चल तू बालियां होना कर, गल्ला ना मार, हुण दुध पा दे तेरा। अच्छा। वीर डीकदा चाह नू, चाह करके दे। मैं पा देना नाले, दसी आउण वाली है, हिसाब तैयार रख, मैं तैनू दसा। आहो कोई नहीं, दे जूंगी मैं। आहो चक, इन्ना की दित्ता अज दा, इही पता सारा तैनू। मैनू ऐ नहीं पता डेयरी तो लियाउणा पवे, बथेरा है। हां मर जाना लवली, जदों जानी है दसी नू लैके बह जांदा, वी दस किधरे भज्जी जानी है, मैं वी दे ही दऊंगी तेरे पैसे, पर जो भी है मलाई तो इन्हां दे दुद्ध ते ही आउंदी आ। वैसे जो भी है लवली का दुद्ध तो एक नंबर है, पर मैं कल इन्हां दे घरे जाके कहूंगी कि थोड़ा दुद्ध तो खराब हो गया, जे मैं कहता कि वधिया दुद्ध फिर इन्हां ने मैनूं घटिया पाण लग जाणा, ऐ मैनूं होर भी वधिया देणगे। वे लवली हो, दुद्ध आ गई तू, होर नाल मेरी गल सुन। हां कल जेड़ा तू दुध नहीं पाया मैनू, अच्छा ओवें गरम करन नू रख्या, जद ही ओ पट गया। क्यों की गल, तू माड़ा दित्ता तैनू, होर ताई तां पट गया। कल तां तू आपदे मुंह फुट के गई मैनू, वी थोड़े वर्गा दुध नहीं किसे कोले। आहो एक दिन तुसी वधिया देता, हुण कल तां पट गया, मैनू तां बई वधिया दुध पाया कर। ओ तेरे सामने तां चौके पाया मैं कच्चा दुध जमा, होर हुण अके वधिया नहीं हैगा दुद्ध। की हो गया हुण, आ की आला देख ला, कल तां कहिंदी दुध वधिया है, आप कह के गई आपदे मुंह, अज कहिंदे दुध माड़ा है। ले दस कल मैं गर्म किया नाल ही पाट गया, तो दुध खराब नहीं होया फिर।
ਨਾ ਸੀਗੀ ਵਿੱਚ ਬੜਿਆਂ ਦੁੱਧ ਦੇ ਉਹ ਤਾਂ ਗੱਲ ਹੈ ਤਾਜ਼ਾ ਚੋ ਕੇ ਪਾਇਆ ਤਾਜ਼ਾ ਚੋ ਕੇ ਪਾਇਆ ਕੱਚਾ ਦੁੱਧ ਪਾਇਆ ਨੇ ਕਿਲੋ ਦਿੱਤਾ ਜੀ ਉਹ ਤੂੰ ਲੈ ਗਈ ਹਾਂ ਹੈ ਅੱਜ ਦਾ ਡੈਰੀ ਤੋਂ ਲਿਆਉਣਾ ਤੇਰੇ ਕਰਕੇ ਲੈ ਫਿਰ ਹੁਣ ਤੈਨੂੰ ਪੈਸੇ ਕਾਹਦੇ ਦੇਵਾਂ ਮੈਂ ਦੁੱਧ ਤਾਂ ਵਧੀਆ ਨਹੀਂ ਪਾਉਂਦਾ ਪੈਸੇ ਮੁੱਲ ਲੈ ਲਈ ਮੈਂ ਇੱਥੇ ਜੇ ਪੈਸੇ ਦਿੰਨੀ ਆ ਰਾਬੜਾ ਕਿੰਨੀ ਮੈਂ ਲੈ ਤੂੰ ਐਂ ਕਰ ਵਾਲੀ ਜਦਾਈ ਨਾ ਕਰ ਤੈ ਦੁੱਧ ਵਧੀਆ ਲੈਣਾ ਜਾ ਹਾਂ ਉਹ ਜਿਹੜਾ ਪਾਓ ਜਿਹੜਾ ਤੂੰ ਆਪਦੇ ਵਾਸਤੇ ਰੱਖਦਾ ਉਹਨਾਂ ਫਿਰ ਥੱਲੇ ਜੇ ਪਿਆ ਥੱਲੇ ਜੇ ਪਿਆ ਉਹਦੇ ਵਾਲਾ ਉਹ ਦੇ ਇਹਨੂੰ ਪਾ ਕੇ ਅੱਜ ਫਿਰ ਸਮਝ ਗਿਆ ਗੱਲ ਵਧੀਆ ਜੇ ਪਾ ਕੇ ਲਿਆਈ ਨਾਲੇ ਰੁਪਈਆਂ ਚ ਕਰੀਮ ਨਾ ਦੇਣਾ ਤੈਨੂੰ ਬਸ ਠੀਕ ਆ ਤੂੰ ਜਾ ਮੇਰਾ ਸਿਰ ਜਾ ਕਰਾਂ ਜਾ ਕਿੱਥੇ ਰਹਿ ਗਿਆ ਆ ਗਿਆ ਲੈ ਪਾ ਲਿਆ ਓਏ ਲੈ ਚੱਕ ਅੱਜ ਦੁੱਧ ਇੱਕ ਨੰਬਰ ਅੱਜ ਨਾ ਲਾਂਬਾ ਦੇ ਦੀ ਹੁਣ ਨਹੀਂ ਪੱਟਣਾ ਚਾਹੀਦਾ ਨਹੀਂ ਮੈਂ ਕਹਿੰਦਾ ਜਮਾ ਨਾ ਚੱਕਰ ਮੰਨ ਹੁਣ ਤਾਂ ਸਿਲੰਡਰ ਪੱਟੂ ਜਿੱਤੇ ਦਿੱਤਾ ਕਰਦੀ ਆ ਦੁੱਧ ਲੈ ਚੱਕ ਆਪਦੇ ਵਾਲਾ ਪਾ ਕੇ ਦਿੱਤਾ ਨੇ ਆਪਦਾ ਕੱਢ ਕੇ ਰੱਖਦਾ ਇਹ ਐਡਮੈਸ ਚੋਰੀ ਆ ਦਸੀ ਦਾ ਹਿਸਾਬ ਕਰਦੇ ਸੀ ਖਲ ਖੋਲ ਲਿਆਉਣੀ ਆ ਹੋਰ ਦੂਜੀ ਤੋਂ ਲਿਆਉਂਦੇ ਸੀ ਫੜ ਲਿਆ ਮੈਂ ਜਬਾਲ ਕੇ ਤਾਂ ਦੇਖਾਂ ਇਹਨੂੰ ਕਿਵੇਂ ਦਾ ਲੈ ਤੇ ਫੇਰ ਹੋ ਜਾਂਦਾ ਇਹਨੂੰ ਨਹੀਂ ਲਾਂਬਾ ਹੁੰਦਾ ਚੱਲ ਚੰਗਾ ਹੱਥ ਨੇ ਤੋਰੂੰਗਾ ਇਹਨੂੰ ਮੈਂ ਠੀਕ ਆ ਕੋਈ ਨਹੀਂ ਜਿਹੜੇ ਨੇ ਆਪਦੀਆਂ ਬੇਇੱਜ਼ਤੀਆਂ ਯਾਰ ਤੈਨੂੰ ਕਿੱਥੇ ਦਿਊ ਖੁਰਕੀ ਨੇ ਪਰਨੇ ਜੇ ਰਲਾ ਸੰਨੀ ਮੈਂ ਖੇਤ ਜਾਣਾ ਚੰਗਾ ਕਿਆ ਮੈਂ ਉਹਨਾਂ ਕਹਿੰਦੀ ਅਸੀਂ ਪਤਾ ਘਰ ਹੀ ਨਾ ਹੁਣ ਪਤੰਤਰ ਦੇ ਆ ਖੜੀ ਤੁਹਾਡੇ ਕ ਨਹੀਂ ਜਾਂਦਾ ਸੀ ਪਤੰਤਰ ਮੈਨੂੰ ਪਤਾ ਸੀ ਮੈਂ ਘਰੇ ਤਾਂ ਨਹੀਂ ਹੋਣੇ ਕਿਵੇਂ ਆ ਕੈਮ ਹੈ ਮੈਂ ਤਾਂ ਕੈਮ ਹਾਂ ਤੁਸੀਂ ਕਿੱਧਰ ਚੱਕਿਆ ਮੂੰਹ ਮੈਂ ਤਾਂ ਤੁਹਾਡੇ ਘਰੇ ਜਾਂਦਾ ਪੈਸੇ ਲੈਣ ਮੈਨੂੰ ਪਹਿਲਾਂ ਹੀ ਪਤਾ ਸੀ ਕਿਉਂ ਦੇਤੀ ਯਾਰ ਮੜਾ ਜਾ ਦੱਸੀ ਆ ਗਈ ਉਹ ਦਸੀਆਂ ਤਾਂ ਦੋ ਨੰਗੀ ਹਾਂ ਤੁਹਾਡੇ ਕਾਹਨੂੰ ਯਾਦ ਰਹਿੰਦੀ ਹੈ ਦੱਸੀ ਉਹ ਕੋਈ ਗੱਲ ਨਹੀਂ ਦੇ ਦਾਂਗੇ ਨਹੀਂ ਇਕੱਠਾ ਹਿਸਾਬ ਕਰ ਦਾਂਗੇ ਵੈਸੇ ਮੈਂ ਇੱਕ ਗੱਲ ਕਹਾਂ ਦਿਓਰਾ ਹਾਂ ਦੁੱਧ ਬਾਲਾ ਵਧੀਆ ਸੀ ਦੇ ਤੇਰਾ ਕੱਲ ਬਸ ਜੇ ਦੁੱਧ ਬਾਲਾ ਵਧੀਆ ਚਾਹੀਦਾ ਮਹੀਨੇ ਦੇ ਹਿਸਾਬ ਕਰਨਾ ਦੁੱਧ ਇਹੋ ਜਿਹੀ ਮਿਲੂ ਮੈਂ ਤੁਹਾਨੂੰ ਦੱਸਾਂ ਆਥਣ ਨੂੰ ਹਿਸਾਬ ਕਰ ਦਿਓ ਅੱਜ ਮੈਂ ਤੁਹਾਨੂੰ ਦੱਸਦਾ ਤੁਸੀਂ ਫਿਰਦੇ ਝੂਟੀਆਂ ਲੈਂਦੇ ਮੈਂ ਤੁਹਾਡੇ ਵਿੱਚ ਟਟਾਂਦ ਹੋਇਆ ਫਿਰਦਾ ਯਾਰ ਗੱਲ ਹੀ ਦੇ ਜਾਂਗੇ ਮੈਂ ਆ ਕੇ ਦੇ ਜਾਂਗੇ ਸਾਡੇ ਤਾਂ ਖੜ ਫੀੜ ਵਾਲੇ ਪੈਰ ਵੜਵੜ ਖਾਂਦੇ ਨੇ ਮੈਂ ਤੁਹਾਨੂੰ ਦੱਸਾਂ ਕੋਈ ਨਹੀਂ ਮਹੀਨੇ ਕਰਿਆ ਕਰਾਂਗੇ ਆਪਾਂ ਨਹੀਂ ਚੰਗਾ ਬਸ ਦੁੱਧ ਇਹੋ ਜਿਹੀ ਮਿਲੂ ਜੇ ਮਹੀਨੇ ਦਾ ਹੀ ਕਰੋਗੇ ਫਿਰ ਤੁਹਾਨੂੰ ਕੋਈ ਗੱਲ ਨਹੀਂ ਆਏ ਗੁੱਸਾ ਨਹੀਂ ਕਰੀਦਾ ਹੁੰਦਾ ਗੁੱਸਾ ਨਹੀਂ ਹਜੇ ਗੁੱਸਾ ਕਹਿੰਦੇ ਨੇ ਲੈ ਦੇਖ ਲੈ ਮੀ ਸ਼ਰਮ ਲੈ ਗਈ ਉਹ ਇਹਨਾਂ ਦੀ ਤਾਂ ਲੈ ਦੇਖ ਲੈ ਹਜੇ ਕਹਿੰਦੇ ਦੇ ਦਾਂਗੇ ਅਸੀਂ ਤਾਂ ਖਲ ਫੀਡ ਵਾਲਿਆਂ ਨੂੰ ਨੰਗ ਦੇ ਦਿੰਦੇ ਹਾਂ ਆਪ ਪਤੰਦਰ ਹਜੇ ਦੋ ਦੋ ਮਹੀਨਿਆਂ ਦੇ ਇਕੱਠੇ ਹਿਸਾਬ ਕਰਦੇ ਨੇ ਲਦਾਸ ਕਾਲੂ ਪਾਗੀ ਚੱਕ ਲਿਆ ਸੀ ਤੂੰ ਠੀਕ ਆ ਜਾ ਚੱਕ ਇਹਨੂੰ ਪਨੀਰ ਦੇ ਕੇ ਭੇਜ ਕਾਲੂ ਨਾਲੇ ਉਹਨਾਂ ਦੇ ਕੱਚੀ ਲੱਸੀ ਪੀਂਗੀ ਠੰਡੀ ਕੇ ਪਨੀਰ ਕੱਟ ਕੇ ਦੇਵਾਂ ਨਾ ਨਾ ਬਸ ਕੁਛ ਨਹੀਂ ਚਾਹੀਦਾ ਸਾਨੂੰ ਬਸ ਦੁੱਧ ਵਧੀਆ ਦੇ ਦਿਆ ਕਰਿਓ ਕੈ ਕਿਲੋ ਚਾਹੀਦਾ ਰੋਜ਼ 2.5 ਕਿਲੋ ਲਵਾਉਣਾ ਖਰਾਬ ਖਰੂਬ ਤਾਂ ਨਹੀਂ ਹੁੰਦਾ ਝਾਗਾ ਲਾ ਦੋ
सारी उम्र ही लवांगे इत्थों दुध तां डक्के ते खड़दा है सिरे दा दुध पावांगे जम्मा पाता कालू ओए हां भाई पाता ले फड़ा ओ लड्डू हेलो जी ना चक वजे अज किवें हुण इह 50 नूं ही लग्गे ना 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 अज 55 नूं कल तों भजाई इक नूं भजाई नूं 50 नूं ਕੱਲ ਤੋਂ 50 ਨੂੰ ਬਈ ਬੱਜ ਮਾਰ ਲੋ ਜਿਵੇਂ ਤੁਸੀਂ ਕਰਨਾ ਕੋਈ ਗੱਲ ਤੈਨੂੰ ਪਤਾ ਤਾਂ ਟਾਈਮ ਪਾਸ ਨਹੀਂ ਕੱਲ ਰੱਖ ਦਿਆ ਕਰੋ ਫਿਰ ਆਪਣਾ ਕੱਲ ਤੋਂ ਹਾਂ 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 ਆ ਜਾ ਭਰਜਾਈ ਟਾਈਮ ਨਾਲ ਆਹੋ ਜੀ ਚੰਗਾ ਚੰਗਾ ਪ੍ਰੋਗਰਾਮ ਚ ਆਪਣਾ ਦੁੱਧ ਹੀ ਜਾਂਦਾ ਭਰਜਾਈ ਉਰੇ ਚੰਗਾ ਦੁੱਧ ਸਿਰੇ ਦਾ ਦੁੱਧ ਪਾ ਦਿਓ ਹਾਂਜੀ ਦੁੱਧ ਕਿਰਿਆ ਆਓ ਦੁੱਧ ਕੀ ਗੱਲ ਆ ਟੂੜ ਮਹੀਨਾ ਹੋ ਗਿਆ ਪੈਸੇ ਨੂੰ ਗਏ ਯਾਰ ਇਹਨਾਂ ਨੂੰ ਪੈਸੇ ਕਦੋਂ ਕਹੋਗੇ ਭਾਈ ਛੋਟੇ ਲੈ ਪੈਸੇ ਦੇ ਦਾਂਗੇ ਮੈਂ ਕਿਹੜਾ ਪਿੰਡ ਛੱਡ ਕੇ ਭੱਜੀ ਚੱਲੀ ਆ ਦੇਣੀ ਦੇਣੇ ਤੁਸੀਂ ਸਾਨੂੰ ਦਿਓ ਪੈਸੇ ਸ਼ਾਮ ਨੂੰ ਦੇ ਦੋਗੇ ਆਹੋ ਕੋਈ ਨਹੀਂ ਦੇ ਦੋਗੇ ਤੂੰ ਦੁੱਧ ਪਾ ਪਹਿਲਾਂ ਪੈਸੇ ਪਹਿਲਾਂ ਪੈਸੇ ਰੱਖੋ ਭਾਈ ਤਲੀ ਦੇ ਲੈ ਕਮਾਲ ਐ ਨਚੇ ਰੋ ਕੇ ਤੁਹਾਡੇ ਤੋਂ ਦੁੱਧ ਲੈਂਦਿਆਂ ਨੂੰ ਐ ਕਰ ਰਹੇ ਹੋ ਤੁਸੀਂ ਪਹਿਲਾਂ ਪੈਸੇ ਕੀ ਕਰ ਰਹੇ ਆ ਪਹਿਲਾਂ ਪੈਸੇ ਦੇ ਭਾਈ ਫੇਰ ਦੁੱਧ ਪੀਓ ਦੁੱਧ ਬੜਾ ਤੁਹਾਡੇ ਚੱਜ ਦਾ ਹੁੰਦਾ ਨਾ ਹੁਣ ਤੱਕ ਕੱਚੀ ਲੱਸੀ ਪਿਆਈਂਗੇ 10 ਜੀਰੋ ਵਾਲਾ ਕੱਚੀ ਲੱਸੀ ਆ ਹੋਰ ਕੀ ਲੈ ਫੇਰ ਤੈਨੂੰ ਕੀ ਮਿਲੂਗਾ 10 ਜੀਰੋ ਤੋਂ ਉੱਤੇ ਤੁਸੀਂ ਹੁਣ ਦੁੱਧ ਦੇਣਾ ਕਿ ਨਹੀਂ ਦੇਣਾ ਐਦੂ ਵਧੀਆ ਨਹੀਂ ਤੈਨੂੰ ਮਿਲਦਾ ਹਾਂ ਰਜਾਈ ਤੇਰੇ ਮੂੰਹ ਨੂੰ ਦੰਦੇ ਦੀ ਗਏ ਤੂੰ ਵੀ ਅਸੀਂ 10 ਜੀਰੋ ਵਾਲਾ ਦੇ ਜੈਲੂ ਨੂੰ ਤਾਂ ਕੋਈ ਕੱਚੀ ਲੱਸੀ ਵੀ ਨਹੀਂ ਦਿੰਦਾ ਤੈਨੂੰ ਤਾਂ 10 ਜੀਰੋ ਵਾਲਾ ਦੇਈ ਗਏ ਫਿਰ ਵੀ ਨਹੀਂ ਤੂੰ ਅੱਡ ਪਿਆ ਇਹ ਜਿਹੜਾ ਦੂਜਾ ਪਾਉਣਿਆ ਕਿਸੇ ਨੂੰ ਚਲ ਨਹੀਂ ਦੁੱਧ ਦੇਣਾ ਨਾ ਦੋ ਫਿਰ ਐਗਾ ਨੂੰ ਬੋਲਦੇ ਤੁਸੀਂ ਮੈਨੂੰ ਕਿਹੜਾ ਦੁੱਧ ਨਹੀਂ ਮਿਲਦਾ ਪਿੰਡ 'ਚ ਹੋਰ ਬਥੇਰੀਆਂ ਡੈਰੀਆਂ ਮੈਂ ਉੱਥੋਂ ਲੈ ਲੂੰਗੀ ਹਾਂ ਨਾ ਫਿਰ ਆਕੜਨ ਵਾਲੀ ਕੀ ਗੱਲ ਹੈ ਕੱਚੀ ਲੱਸੀ ਵੇਚੀ ਜਾਂਦੇ ਆ ਤੇ ਗੱਲਾਂ ਕਰਦੇ ਆ ਹੋਰ ਪ੍ਰੋਗਰਾਮ ਕਰੋ ਹੋਰ ਖੜ ਜਾ ਲਾਡੀ ਖੜ ਜਾ ਯਾਰ ਉਰੇ ਖੜ ਭਰਜਾਈ ਮੇਰੀ ਗੱਲ ਸੁਣ ਲੈ ਉਲਝੀ ਮੈਂ ਫੈਂਟ 'ਚ ਪਿਆ ਤੀ ਅੰਦਰ ਤਾਂ ਨਹੀਂ ਮੈਥੋਂ ਬਾਹਰ ਆਇਆ ਗਿਆ ਕੱਚੀਆਂ ਲੱਸੀਆਂ ਪਿਆ ਕੇ ਲੋਕਾਂ ਨੂੰ ਡੇਰੀਆਂ ਨਹੀਂ ਚੱਲਦੀਆਂ ਮੈਂ ਤੈਨੂੰ ਦੱਸਾਂ ਹਾਂ ਤੁਸੀਂ ਐ ਕਰੋ ਜਿਆਦਾ ਦੋਏ ਜੀ ਤੁਸੀਂ ਚੜੋ ਜਿੱਥੇ ਚੜਦੇ ਹੋ ਨਹੀਂ ਅਸੀਂ ਚੜਾਂਗੇ ਜਿਆਦਾ ਨਾ ਬੋਲੇ ਜਿਆਦਾ ਕਿਉਂ ਨਾ ਬੋਲੀਏ ਹਜੇ ਬੋਲੀਏ ਨਾ ਸਿਰ ਪਾੜ ਦੂੰਗੀ 73 ਗ੍ਰਾਮ ਦੁੱਧ ਆਉਂਦਾ ਸਾਡੇ 10 ਜੀਰੋ ਮਾਰੀ ਜਾਂਦੀਆਂ ਕੀ ਲੱਸੀ ਦੱਸ ਦਿਓ ਐਦੂ ਵਧੀਆ ਨਹੀਂ ਮਿਲਦਾ ਪੈਟਕਾਂ ਵਾਲੇ ਲੈ ਕਰੋ ਜੇ ਬਾਲਾ ਹੋਇਆ ਮਾਰ ਦਿਆ ਗੱਲਾਂ ਤੀਮੜੀ ਜੀ ਕਿੱਥੋਂ ਗਿਆ ਲਿਓ ਤੇ अगले पैसे भी मंगदे आ हुण जी भी उतर गया एडी छेती होर मेरे ते बेइज्जती करके भजाता उन्होंने मैनू कहंदे असी नहीं पाउंदे दुद्ध हुण चाहुंदी की है तू मेरी गल सुनो मैं तो बस हुण इही चाहुंदी आ कि तुसीं मैनू मज लिया दो तैनूं मैं पहले की कहा थी मैं तैनूं ਵੀ ਨਹੀਂ ਸਰਦਾ ਹੁੰਦਾ ਜੱਟਾਂ ਦਾ ਡੰਗਰਾਂ ਮੇਣਾ ਉਹ ਤਾਂ ਕਹਿੰਦੀ ਸੀ ਮੈਂ ਐ ਲੈ ਆਇਆ ਕਰੂੰ ਐ ਲੈ ਆਇਆ ਕਰੂੰ ਹੁਣ ਲੈ ਆ ਉਹਨਾਂ ਨੂੰ 3000 ਨਾਲ ਮਹੀਨੇ ਨਾਲ ਦੇਖਿਓ ਹੁਣ ਮੈਨੂੰ ਕੀ ਪਤਾ ਸੀ ਬਸ ਮੇਰੀ ਹੁਣ ਗੱਲ ਸੁਣੋ ਹੁਣ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਹੁਣ ਇਹਨੂੰ ਨਾਲੇ ਹੁਣ ਆਈ ਨਹੀਂ ਮਿਲਦੇ ਡੰਗਰ ਜਿਹੜੇ 4 ਪੈਸੇ ਦੀ ਉਹ ਕੱਖਰ ਪੱਖਰ ਕਰਾਤੇ ਤਾਂ ਕੁੱਤੇ ਪਕਾਈ ਕਰਕੇ ਲੈਣਾ ਪਊ ਪਹਿਲਾਂ ਘਰ ਵਾਲਾ ਉਹ ਬਗਿਆਤਾ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਵੀ ਮੈਨੂੰ ਇੱਕ ਮੱਝ ਲਿਆ ਦਿਓ ਠੀਕ ਆ ਮੈਂ ਤੁਹਾਨੂੰ ਕਦੇ ਨਹੀਂ ਕੁਛ ਕਹਿੰਦੀ ਨਾ ਮੈਂ ਤੁਹਾਨੂੰ ਕਦੇ ਮੱਝ ਵੇਚਣ ਦਾ ਨਾਮ ਲਵਾਂ ਉਹ ਇੱਕ ਮੱਝ ਕਿਹੜਾ ਹੁਣ ਆਈ ਮਿਲ ਜੂ ਉਹ ਵੀ ਲੱਭ ਕੇ ਲਿਆਉਣੀ ਪਊ ਗੇੜੇ ਦੇ ਕੇ ਦਲਾਲਾਂ ਕੋਲੇ ਸਹੀ ਕਹਿੰਦੇ ਸੀ ਤੁਸੀਂ ਜੱਟਾਂ ਦਾ ਡੰਗਰਾ ਬਿਨਾ ਨਹੀਂ ਸਰਦਾ ਹਾਂਜੀ ਬਾਈ ਜੀ ਕਿਵੇਂ ਲੱਗੀ ਵੀਡੀਓ ਉਹ ਬਗ ਜੋ ਕਰੋ ਕਰੀ ਬਗ ਜੋ ਤੁਸੀਂ ਉਹ ਖੜ ਜਾ ਵੀਡੀਓ ਚੱਲਦੀ ਹੈ ਬਣ ਗਈ ਵੀਡੀਓ ਹੁਣ ਹਾਂ ਬਾਈ ਕਿਵੇਂ ਲੱਗੀ ਵੀਡੀਓ ਬਾਈ ਬਣ ਕੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਇੱਕ ਸ਼ੇਅਰ ਕਰਿਆ ਕਰੋ ਬਾਈ ਬਣ ਕੇ ਸ਼ੇਅਰ ਵੱਧ ਤੋਂ ਵੱਧ ਕਰੋ ਵੀਰੋ ਇੱਕ ਐਂਡ ਤੱਕ ਦੇਖਿਆ ਕਰਿਓ ਕਮੈਂਟ ਜ਼ਰੂਰ ਕਰਿਓ ਇੱਕ ਐਂਡ ਤੇ ਦੇਖਿਆ ਕਰੋ ਫਿਰ ਤੁਸੀਂ ਕਹਿੰਦੇ ਬਾਈ ਵਿੱਚ ਬਾਈ ਕਹਿੰਦੇ ਨੇ ਬਾਈ ਮੀਨਿੰਗ ਨਹੀਂ ਨਿਕਲਿਆ ਵੀ ਮਤਲਬ ਨਹੀਂ ਨਿਕਲਿਆ ਕੋਈ ਸਿੱਖਿਆ ਨਹੀਂ ਮਿਲੀ ਜਦੋਂ ਸ਼ੁਰੂ ਤੋਂ ਲਾ ਕੇ ਧੁਰ ਤੱਕ ਚੀਜ਼ ਦੇਖਾਂਗੇ ਫੇਰ ਹੀ ਪਤਾ ਲੱਗਦਾ ਫੇਰ ਹੀ ਸਵਾਲ ਆਉਂਦਾ ਫੇਰ ਮੀਨ ਕਿਵੇਂ ਨਿਕਲੂ ਹਾਂ ਇੱਕ ਇਧਰ ਸਾਡਾ ਖਾਂ ਆਪਣਾ ਲਵ ਜੀ ਹਾਂ ਖਾਂ ਸਾਹਿਬ ਰੁੱਸੇ ਪਏ ਨੇ ਕਹਿੰਦਾ ਮੈਨੂੰ ਫੋਲੋ ਨਹੀਂ ਕਰਦਾ ਕੋਈ ਖਾਂ ਨੂੰ ਬਈ ਫੋਲੋ ਕਰੋ ਮੈਂ ਬਹੁਤ ਨਾਰਾਜ਼ ਹਾਂ ਇਹ ਬਹੁਤ ਗੁੱਸੇ ਆ ਸਾਡੇ ਨਾਲ ਕਹਿੰਦਾ ਕੋਈ ਕਹਿੰਦਾ ਪੇਜ ਨੂੰ ਫੋਲੋ ਕਰੋ ਸਾਰੇ ਜਾਣੇ ਇੰਸਟਾ ਪੇਜ ਨੂੰ ਫੋਲੋ ਕਰੋ ਕਹਿੰਦਾ ਸਾਡੇ ਜੱਟ ਸੌਦੇ ਪੇਜ ਨੂੰ ਫੋਲੋ ਕਰੋ ਬਈ ਓਏ ਓਏ ਸਾਰੇ ਜਾਣੇ ਭੱਜ ਕੇ ਇੱਕ ਮਿੰਟ ਚਾ ਦਿਓ ਭੱਜ ਕੇ ਭੱਜ ਕੇ ਮਿੰਟ ਚਾ ਦਿਓ ਉਹ ਮਿੰਟ ਚਾ ਦਿਓ ਮਿੰਟ ਚ ਹੀ
ਮਿੰਟ ਉਹ ਮਿੰਟ ਚ ਆ ਜਾਓ ਮਿੰਟ ਚ ਆ ਜਾਓ ਆ ਜਾਓ ਮੇਰੇ ਸਾਰਿਓ ਇੱਥੇ ਬੈਠੋ ਉਰੇ ਬੈਠੋ ਪਰ ਤੂੰ ਵੀ ਆ ਜਾ ਇੱਥੇ ਕਿਹੜੇ ਰੰਗੀ ਉਰੇ ਬੈਜੋ ਉਰੇ ਬੈਜੋ ਇੱਧਰ ਖੜ ਜਾ ਮੰਗ ਰ ਓਏ ਉਹ ਗੱਲ ਆ ਜਾ ਦਵਾਈ ਨਹੀਂ ਆਂਦੀ ਟਿੱਪ ਕੇ ਜਾ ਇੱਥੇ ਬੈ ਜਾ ਸਾਰੇ ਆ ਜਾ ਇਹਨਾਂ ਦੀ ਟ੍ਰੇਨਿੰਗ ਚੱਲਦੀ ਆ ਹਾਂ ਇਹ ਆਉਣ ਵਾਲੇ ਇੱਧਰ ਆ ਜਾ ਆਉਣ ਵਾਲੇ ਭਵਿੱਖ ਦੇ ਇਹ ਐਕਟਰ ਵੱਡੇ ਕਲਾਕਾਰ ਹੋਣਗੇ ਸਾਡੇ ਨਾਲ ਸਾਡੇ ਨਾਲ ਮੌਜੂਦ ਨੇ ਮੋਢਾ ਨਾਲ ਮੋਢਾ ਲਾ ਕੇ ਖੜਨ ਵਾਲੇ ਨਮੋਲ ਪਿੰਡ ਦੇ ਫਨਕਾਰ ਨੰਨੇ ਮੁੰਨੇ ਫਨਕਾਰ ਨੰਨੇ ਮੁੰਨੇ ਫਨਕਾਰ ਆਉਣ ਵਾਲੇ ਫਨਕਾਰ ਦੋ ਬੋਲ ਕਹਿਣਾ ਚਾਹੁੰਨਾ ਕੁਛ ਆਇਨੂੰ ਬੁਲਾ ਆਇਨੂੰ ਆਇਨੂੰ ਕੁਛ ਕਹਿਣਾ ਚਾਹੁੰਨਾ ਤੂੰ ਕੀ ਕਹਿਣਾ ਚਾਹੁੰਨਾ ਕਹਿਣਾ ਚਾਹੁੰਨਾ ਕੁਛ ਉਹ ਤੇ ਕੈਮਰੇ ਵਾਲਿਆਂ ਨੂੰ ਕੁਛ ਕਹਿਣਾ ਚਾਹੁੰਨਾ ਉੱਥੇ ਵੀ ਕੈਮਰੇ ਕਿਨ ਜਾਗਾ ਮੈਂ ਤਾਂ ਰਹਿਣਾ ਬਾਈ ਉਧਰ ਮੂੰਹ ਕਰਦੇ ਕੋਈ ਚੱਕਰ ਨਹੀਂ ਜੋ ਕਹਿਣਾ ਕਹੇ ਜਿਹੜਾ ਤੇਰਾ ਦਿਲ ਕਰਦਾ ਜਿਹੜਾ ਤੇਰਾ ਦਿਲ ਕਰਦਾ ਉਹ ਕਹਦੇ ਤਾਲੀਬਾਨ ਵਾਲੀ ਅੱਖ ਹੈ ਚੰਗਾ ਜੀ ਮਿੱਤਰੋ ਇਹਨਾਂ ਦਾ ਮੇਰੇ ਸਾਹਮਣੇ ਰੱਟਾ ਲਾ ਰੱਖਿਆ ਸੀ ਨਾ ਸਹੀ ਕਰ ਰਿਹਾ ਮੈਂ ਪਾਠ ਨਹੀਂ ਪੜ੍ਹਦਾ ਠੀਕ ਆ ਯਾਰ ਉਹ ਕਮੈਂਟ ਕਰੋ ਵੱਧ ਤੋਂ ਵੱਧ ਫੋਲੋ ਕਰੋ ਇੰਸਟਾਗ੍ਰਾਮ ਨੂੰ ਹਾਂ ਓਕੇ ਆ ਕਾਲੂ ਰਹਿ ਗਿਆ ਸੀ